ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਾਟੀ ਪਿੰਡ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਜਿੰਦੇ ਮੇਰੇ ਕੋਲ ਆਪਾਂ ਅੱਜ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਬੱਚੇ ਤੋਂ ਬਿਨਾਂ ਅਤੇ ਇੱਕ ਆ ਬੱਚੇ ਵਾਲੀ ਵੈੜ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਹੈ? ਚਲੋ ਵਧੀਆ ਚਾਹੀਦਾ ਜੀ। ਅਤੇ ਤਿਆਰੀ ਮੰਡੀ ਦੀ ਹਲੇ? ਕੁਦਰਤੀ ਚੀਜ਼ਾਂ ਕਈ ਵਾਰੀ ਹੋ ਜਾਂਦੀਆਂ। ਹਾਂਜੀ ਹਾਂਜੀ, ਚਲੋ ਨਾਮ ਦੱਸ ਦੋ। ਨਾਮ ਜੀ ਮੇਰਾ ਜਿੰਦਾ ਜੀ, ਫੋਨ ਨੰਬਰ ਹੈਗਾ 99144393। ਹਾਂਜੀ, ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ, ਪੁਰਾਣੇ ਤਰਨ ਤਾਰਨ ਰੋਡ ਤੇ ਪਿੰਡ ਪੈਂਦਾ ਵੀ ਜੀ ਆਪਣਾ ਗਰਵਾਲੇ। ਠੀਕ ਹੈ ਜੀ, ਠੀਕ ਹੈ। ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਬੈਠ ਰਿਹਾ, ਕਾਫੀ ਸੋਹਣੇ ਪ੍ਰਿੰਟ ਦੀ ਮਾਲਕ ਹੈ ਜਿਹੜੀ। ਤੇ ਬੱਚੇ ਦਾ ਵੀਰ ਜੀ ਆ ਜੀ ਤੇ ਆ ਥਾਣਵੀ ਦੇ ਲਾਗੇ ਤੋਂ ਦੇਖ ਸਕਦੇ, ਚੰਗੇ ਗੈਪ ਤੇ ਥਾਣੇ ਆ ਜਿਹੜਾ। ਦੱਸੀਏ ਵੀਰ ਜੀ ਫਿਰ ਇਹਦਾ ਪੀਜੀ ਸੂਆ ਪਹਿਲਾ ਜੇ? ਹਾਂਜੀ, ਮੂੰਹ ਚਾਰ ਦੰਦ ਜੇ। ਠੀਕ ਆ, ਇਹਦੇ ਕੋਲ ਪੀਜੀ ਜਿਹੜੀ ਕਹਾਣੀ ਉਹ ਆਪਾਂ ਸਾਰੀ ਦੱਸਦਾ ਮੁੜ ਕੇ, ਕਿਸੇ ਭੈਣ ਭਰਾ ਦਾ ਲਾਮਾ ਲੈਣ ਨਾਲੋਂ। ਹਾਂਜੀ, ਇਹ ਤੋਂ ਹਰ ਪੀਜੀ 18 ਕਿਲੋ ਦੁੱਧ ਸੀ ਗਾਂ ਕੋਲੇ। ਹਾਂਜੀ, ਬੁਖਾਰ ਹੋ ਗਿਆ ਸੀ। ਠੀਕ ਆ, ਬੁਖਾਰ ਹੋਣ ਦੇ ਕਾਰਨ ਆਪਾਂ ਵੀਡੀਓ ਜਿਹੜੀ ਪਾਈ, ਹੁਣ ਵੈਸੀ ਸੈੱਟ ਆ। ਅੱਛਾ, ਉਹ ਹੁਣ ਵੀ 14-15 ਕਿਲੋ ਤਿਆਰ ਹੈ ਵੀਰ ਜੀ। ਤਿਆਰ ਬਿਲਕੁਲ 14-15 ਲੀਟਰ? ਹਾਂਜੀ। ਠੀਕ ਆ, ਕੋਈ ਦੋ ਟਾਈਮ ਚੋਕ ਲੈ ਜੇ ਹਨਾ ਆਪਾਂ। ਹਾਂਜੀ, ਆਪਣੀ ਤਸੱਲੀ ਕਰ ਲੈ, ਸੂਈ ਸਵਾਇਆ ਡੰਗਰ ਆ ਵੀਰ ਜੀ। ਤੋਰੋ ਹਾਂ ਫਿਰ ਇੱਕ ਵਾਰੀ। ਸੂਆ ਜਿਹੜਾ ਇਹਦਾ ਪਹਿਲਾ ਹੀ ਆ, ਮੂੰਹ ਚਾਰ ਦੰਦ ਆਸਤੇ ਆ ਦੇ ਸਕਦੇ, ਪਿਓਰ ਚਾਰ ਦੰਦ ਆ ਜਿਹੜੀ। ਠੀਕ ਹੈ ਜੀ, ਚਲੋ ਲੈ ਜਾਓ ਜੀ। ਬਾਕੀ ਸੂਈ ਸਵਾਈ ਆ, ਦੋ ਟਾਈਮ ਤੁਸੀਂ ਆਪਣੀ ਚਵਾਈ ਆਪ ਕਰਕੇ ਖੜਨੀ ਆ, ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ, ਉਹ ਜ਼ਿੰਮੇਵਾਰੀ ਤੁਹਾਡੀ ਆ। ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ? ਹਾਂਜੀ, ਹੁਣ ਵੱਛੀ ਆਪਾਂ ਦੇ ਦਾਂਗੇ 40,000 ਦੀ ਦੇ ਦਾਂਗੇ, ਉਦੋਂ ਦੁੱਧ ਵੀ 18 ਕਿਲੋ ਤਿਆਰ ਹੈ, ਦੋ ਟਾਈਮ ਚੋਕ ਲਈ। ਠੀਕ ਆ, ਹਾਂਜੀ। ਤੇ ਛੋਟ ਛੜ ਵਿੱਚ ਹੋ ਜਾਊਗੀ? ਹੋਰ ਕੋਈ ਨਹੀਂ ਵੀਰ ਜੀ, ਫੋਨ ਲਾਵੇ ਕਰਨਾ ਕੋਈ ਗੱਲ ਨਹੀਂ। ਪੱਕਾ ਦੁੱਧ ਕਿੰਨਾ ਹੋਣਾ ਦੇਖੋ? ਪੱਕਾ ਦੁੱਧ ਵੀਰ ਜੀ 14-15 ਕਿਲੋ ਤਿਆਰ, ਬਿਲਕੁਲ ਦੋ ਟਾਈਮ ਚੋਕ ਕੇ ਖੜੇ ਜਾਣਾ ਤੁਹਾਡੇ ਕੋਲੋਂ, ਇੱਥੋਂ ਚੋਕ ਕੇ ਖੜੇ। ਹਾਂਜੀ ਹਾਂਜੀ, ਸਾਹ ਵਾਲੀਆਂ ਚੀਜ਼ਾਂ ਵਾ, ਹਾਂਜੀ, ਇੱਥੋਂ ਹੀ ਤਸੱਲੀ ਕਰਕੇ ਖੜੇ ਹਨਾ। ਤੇ ਹੁਣ ਆ ਗਈ ਆਪਣੇ ਕੋਲ 2 ਨੰਬਰ ਤੇ, ਬੱਚੇ ਤੋਂ ਬਿਨਾਂ ਹੀ ਜੇ? ਇਹ ਬੱਚੇ ਤੋਂ ਬਿਨਾਂ ਯਾਰ ਵੀਰ ਜੀ, ਦੁੱਧ ਇਹਦੇ ਕੋਲ 10 ਕਿਲੋ ਜੇ। ਅੱਛਾ, ਪਾਣੀ ਨੂੰ 1.5 ਮਹੀਨਾ ਹੋ ਗਿਆ ਜੇ। ਠੀਕ ਹੈ, ਤੇ ਲਿਸ਼ਕ ਲੁਸ਼ਕ ਵਾਲੀ ਵੈੜ ਦੀ ਵੇਖੋ ਵੀ ਨਿਕਲ ਆਵੇ ਕਿਸੇ ਦੀ ਕਿਸਮਤ ਨੂੰ। ਤੋਰੋ ਹਾਂ ਫਿਰ ਇੱਕ ਵਾਰੀ ਨੂੰ।
ਠੀਕ ਹੈ ਜੀ। ਸਫਾਈ ਹੋ ਰਹੀ ਹੈ। ਚਲੋ ਲੈ ਜਾ ਫਿਰ। ਬਾਕੀ ਸਾਡੀ ਤੇ ਹਰ ਕਿਸੇ ਵੀਡੀਓ ਚ ਬਾਰ ਬਾਰ ਹੱਥ ਜੁੜ ਕੇ ਇਹੀ ਬੇਨਤੀ ਹੁੰਦੀ, ਦੋ ਟਾਈਮ ਚਵਾਈ ਕਰਕੇ ਖੜਿਆ ਕਰ। ਤੇ ਇਹਦਾ ਵੀਰ ਜੀ ਫਿਰ ਕਿੰਨਾ ਰੱਖਣਾ? 23000 ਦੀ ਵਛੀ ਦੇ ਦਈਏ। 23000 ਦੀ ਛੋਟ ਛਾੜ ਵਿੱਚੋਂ ਕਰ ਦਈਏ। ਉਹ ਕਰਦਾ ਯਾਰ ਵੀਰ ਜੀ। ਠੀਕ ਆ ਮੇਰਾ ਵੀਰ, ਜਿੰਨੇ ਵੀ ਹੁਣ ਆਪਣੀ ਦੋ ਟਾਈਮ ਤਸੱਲੀ ਕਰਕੇ ਮੇਰਾ ਵੀਰ ਮੇਰੇ ਘਰੋਂ ਖੜੇ। ਹਾਂਜੀ ਹਾਂਜੀ। ਉਹ ਕਿਹਾ ਯਾਰ ਵੀਰ ਜੀ ਕਿਸੇ ਨੂੰ ਕਹਿਣ ਨਾਲ। ਨਹੀਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ, ਕਿਉਂਕਿ ਤੁਸੀਂ ਵੀ ਚਲੋ ਪਿੱਛੇ ਮਾ ਆਪਣੇ ਇੰਦੇ ਵੀ ਕੋਈ ਮਾੜਾ ਵਾ। ਹਾਂਜੀ ਹਾਂਜੀ। ਆਪ ਘਰ ਅਰਕੇ ਘਰ ਆ, ਅਗਲੇ ਦੀ ਆਪ ਦੀ ਸੇਵਾ ਡਿਪੈਂਡ ਆ ਸਾਡੀ। ਹਾਂਜੀ ਹਾਂਜੀ। ਹੁਣ ਜਿਸ ਤਰ੍ਹਾਂ ਚਲੋ ਤੁਸੀਂ ਕਿਤੇ ਪਸ਼ ਲਿਆਉਣਾ ਵਾ, ਤੁਹਾਨੂੰ ਵੀ ਕਈ 100 ਕਿਲੋਮੀਟਰ ਫਿਰਨਾ ਪੈਂਦਾ, ਕਈ 150। ਜਿਹਨੂੰ ਘਰੋਂ ਪੈਸੇ ਦੇਣੇ ਆ ਆਪਾਂ ਦੋ ਟਾਈਮ ਤਸੱਲੀ ਕਰਕੇ ਲਿਆਉਣੇ। ਹਾਂਜੀ ਹਾਂਜੀ ਹਾਂਜੀ। ਟਾਈਮ ਤੇ ਕੱਢਣਾ ਹੀ ਪੈਣਾ। ਹਾਂਜੀ ਹਾਂਜੀ। ਠੀਕ ਹੈ ਵੀਰ ਜੀ। ਕੋਈ ਆ ਵੀਰ, ਜਿੰਨੇ ਵੀ ਲੈਣਾ ਆਪਣੀ ਤਸੱਲੀ ਕਰਿਆ ਕਰੋ, ਮੈਂ ਇਹ ਨਹੀਂ ਕਹਿੰਦਾ ਮੇਰੇ ਤੋਂ ਕਰੋ। ਹਾਂਜੀ। ਕਿਸੇ ਨੂੰ ਮਾੜਾ ਕਹਿਣ ਲਾਉਣਾ ਨਾ ਹਰ ਵੀਰ ਜੀ, ਆਪਣੀ ਤਸੱਲੀ ਕੀਤੀ। ਪਹਿਲਾਂ ਆਪ ਹੀ ਤਸੱਲੀ ਕਰਕੇ ਖੜੋ ਹਨਾ। ਠੀਕ ਹੈ ਵੀਰ ਜੀ। ਬਾਕੀ ਆਪਣੀ ਸਮਝ ਤੇ ਆਪਣੀ ਜ਼ਿੰਮੇਦਾਰੀ ਤੇ ਪਸ਼ੂ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।